पंजाब दे मुख मंत्री कैप्टन अमरिंदर सिंह वल्लों दरियावां ते माइनिंग रोकण लई वड्डे वड्डे दावे कीते जा रहे हन, पर ब्लाक रूका कलां दे अधीन पैंदे पिंड दंदूवाल दे वासी नंबरदार नछत्तर सिंह अते साबका पंच कश्मीर सिंह ने कांग्रेस पार्टी नाल संबंधित पिंड दी पंचायत ते पिंड दे छप्पड़ विचों वड्डी पद्धर ते रेता कढ़न दे दोष लगाए हन। उन्हां कहा कि माइनिंग विभाग दीआं हदायतां नूं शिक्के टंग के पंचायत वालों वड्डी पद्धर ते छप्पड़ विचों रेता कढ के वेचिया ते प्राइवेट थावां ते स्टोर कीता जा रहा है। उन्हां वख-वख विभागां नूं लिखती शिकायत करदिआं पंचायत खिलाफ बनदी कारवाई करन दी मंग कीती। इस संबंधी जद पिंड दे सरपंच सुरजीत लाल नाल राबता कायम कीता गया तां उन्हां कहा कि इह छप्पड़ दो पिंडां दा सांझा है, लंबे समें तों बाद इस छप्पड़ दी सफाई कीती जा रही है। इस छप्पड़ दी सफाई वास्ते दोनों पिंडां दीआं पंचायतां ग्रांटां खर्च कर रही हैं। पिंड अंदर वख-वख थावां ते जमा कीती गई रेत संबंधी उन्हें कहा कि सरकारी थां ना होण करके प्राइवेट थावां ते रेत नूं स्टोर किया गया है। रेत नूं वेचण संबंधी उन्हें कहा कि यह दोष बेबुनियाद हैं। इस सारे मामले संबंधी जब ब्लाक रूड़का कला के BDPO रामपाल सिंह के नाल गलबात की गई तो उन्हें कहा कि पंजाब सरकार वालों पिंड के छप्पड़ां नूं माइनिंग विभाग की हदायतों मुताबक साफ करन दे आदेश आए हैं। अज ही ब्लाक अधीन पेंदे पिंड दंदूवाल की पंचायत के खिलाफ नजायज़ तौर पर रेता कढ़े जाने की शिकायत आई है। मौका देखने तो बाद ही बनती कार्रवाई की जाएगी। सरपंच छप्पड़ पटा रहा जी, अच्छा 15 फुट 20 तक लौट आया, अच्छा 40 फुट तो भी टप गया, रेता कढ़ कढ़ के स्टोर कर लिया। तो तुहाडा की नाम की है जी? कश्मीर सिंह जी। की चक्कर की पिंड दे विच? वो सरपंच वाला जी, रेते का छप्पड़ पटाते ही, छप्पड़ पटाते पटाते 20 फुट तो भी 40 फुट तो भी टप गए। तो वो रेता कितने रख रहे? रेता जी स्टोर किया पे, बेच भी रहे रेते? बेच भी रहा जी। कितने कितने स्टोर किया? दौले के नाल बगलिया वो स्टोर पे, एक परे डह टप के देखते पे। नहीं जिते रेता पे सरकारी थां है या किसी नहीं? नहीं जी नहीं नहीं, अपने किसी हूँ प्लाट बेचो आ जिदा उतो इन पता नहीं लिया या कि लिया। ਅਤੇ ਪਿੰਡ ਨੂੰ ਕਿਸੇ ਪਤਾ ਵੀ ਰੇਤੇ ਦੀ ਜੇ ਵੇਚ ਰਿਹਾ ਜਾਂ ਵੈਸੇ ਰੱਖਿਆ ਕੀ ਆ? ਨਹੀਂ ਕਿਸੇ ਨੂੰ ਕੀ ਪਤਾ ਜੀ, ਲੋਕ ਤਾਂ ਆਪਣੇ ਅੰਦਰ ਹੀ ਸੱਚੇ ਪਏ ਆ, ਇਹ ਤਾਂ ਕੰਮ ਰਾਤ ਨੂੰ ਹੋ ਰਿਹਾ। ਰਾਤ ਨੂੰ ਚੱਕਦੇ ਰੇਤਾ? ਹਾਂਜੀ ਹਾਂਜੀ। ਕਿੰਨਾ ਕੁ ਰੇਤਾ ਚੁੱਕਿਆ ਜਾ ਚੁੱਕਿਆ ਹੁਣ ਤੱਕ? ਇਹ 40 ਫੁੱਟ ਡੂੰਘਾ ਹੋ ਗਿਆ ਜੀ ਛੱਪੜ। ਅਤੇ ਹੈ ਕਿੱਡਾ ਕਿਆ ਛੱਪੜ ਟੋਟਲ? ਛੱਪੜ ਉੱਧਰ 2.5 ਖਾਤਿਆਂ ਦਾ ਆ, ਹੁਣ ਖਾਤਾ ਰਹਿ ਗਿਆ, ਆਲਾ ਦੁਆਲਾ ਇਹ ਨਹੀਂ ਪੂਰ ਲਿਆ। ਮੰਗ ਅਸੀਂ ਇਹ ਕਰਦੇ ਹਾਂ ਵੀ ਨਜਾਇਜ਼ ਕੰਮ ਨਹੀਂ ਹੋਣਾ ਚਾਹੀਦਾ। ਮਸਲਾ ਇਹ ਆ ਜੀ, ਸਾਡੇ ਪਿੰਡ 'ਚ ਛੱਪੜ ਪੱਟ ਹੋ ਰਿਹਾ, ਅਤੇ ਜੇ ਕੰਮ ਜਿੰਨ ਲਿਆ ਤਾਂ ਅਸੀਂ ਉਹ ਰੁਕਦੇ ਨਹੀਂ ਹੈਗੇ, ਪਰ ਉਹ ਛੱਪੜ ਦੀ ਪਟਾਈ ਹੁੰਦੀ ਹੈ ਸਿਰਫ 20 ਫੁੱਟ, ਅਤੇ ਛੱਪੜ ਜ਼ਿਆਦਾ ਡੂੰਘਾ ਉਹਨੇ ਕਰ ਦਿੱਤਾ, ਅਤੇ ਅਸੀਂ ਉਹਦੇ ਸੰਬੰਧ ਦੇ ਵਿੱਚ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਦਰਖਾਸਤਾਂ ਦੇ ਰਹੇ ਹਾਂ, BDO ਦਫ਼ਤਰ ਵੀ ਜਾ ਰਹੇ ਹਾਂ, ਅਤੇ ਮਾਨਯੋਗ SVM ਸਾਹਿਬ ਨੂੰ ਵੀ ਦੇਵਾਂਗੇ, ਅਤੇ ਉਹਨਾਂ ਨੂੰ ਅਸੀਂ ਜੋ ਵੀ ਹੈਗਾ ਉਹਨਾਂ ਨੂੰ ਕਹਾਂਗੇ, ਜਾ ਕੇ ਬੇਨਤੀ ਕਰਾਂਗੇ ਵੀ ਮੌਕੇ 'ਤੇ ਆ ਕੇ ਮੌਕਾ ਦੇਖਿਆ ਜਾਵੇ, ਅਤੇ ਜੋ ਬਣਦੀ ਆ ਕਾਰਵਾਈ ਉਹ ਕੀਤੀ। ਪਰੇਸ਼ਾਨ ਸੀਗੇ, ਪਿੰਡ ਪਾਸਲੇ ਦਾ ਤੇ ਦੰਦੂਵਾਲ ਦਾ ਸਾਂਝਾ ਛੱਪੜਿਆ, ਇਹ ਅਸੀਂ ਡੂੰਘਾ ਕੀਤਾ ਆ, ਬੰਨ ਲਾਇਆ ਰੇਤਾ ਜਿਹੜਾ ਜਮ੍ਹਾਂ ਕੀਤਾ ਆ, ਅਸੀਂ ਇਹ ਇੱਥੇ ਇੰਟਰਲੋਕ ਲਾਉਣੇ ਆ, ਉਸ ਮਿੱਟੀ ਬੰਨਾਂ 'ਤੇ ਲਾਉਣੀ ਆ, ਜਿਹੜੀ ਗੰਦੀ ਮਿੱਟੀ ਸੀ ਉਹ ਅਸੀਂ ਬਾਹਰ ਸਿੱਟੀ ਆ, ਕੋਈ ਖੱਤਿਆ ਖੁੱਤਿਆ 'ਚ ਪਾਈ ਆ, ਜੇ ਕੋਈ ਬੰਦਾ ਕਹਿ ਦੇਵੇ ਵੇਚਿਆ ਜਾਵੇ ਤਾਂ ਫਿਰ ਸਾਡੇ 'ਤੇ ਜਿਹੜੀ ਕਾਰਵਾਈ ਆ ਕਰ ਦਿਓ। ਅਤੇ ਤੁਸੀਂ ਸਟੋਰ ਵੀ ਕੀਤਾ ਹੋਰ ਪਿੰਡ 'ਚ? ਹਾਂ ਸਟੋਰ ਕੀਤਾ ਅਸੀਂ, ਉਹ ਗੱਲ ਕੀਤਾ ਕੋਲ ਥਾਂ ਹੈ ਨਹੀਂ ਸੀ, ਇਹ ਛੱਪੜ ਪੂਰਿਆ ਸੀਗਾ, ਥਾਂ ਰੇਤਾ ਰੱਖਣ ਨੂੰ ਹੈ ਨਹੀਂ ਸੀਗਾ, ਉਹ ਅਸੀਂ ਇੱਥੇ ਲਾਗੇ ਕੀਤਾ ਆ। ਕਿੰਨੇ ਥਾਂ ਕੀਤਾ? ਥਾਂ ਹੋਊਗਾ ਉਹ ਥਾਂ ਹੁਣ ਕਿਹੜਾ ਮਿਹਨਤੀ ਕੀਤਾ? ਨਹੀਂ ਕਿੰਨੇ ਕਿੰਨੇ ਥਾਂ ਮਤ ਕੀਤਾ? ਇੱਕ 'ਤੇ ਕੀਤਾ? ਇੱਕ 'ਤੇ ਅਤੇ ਜਿਹੜਾ ਨਹਿਰ ਦੇ ਕੋਲ ਕੀਤਾ ਉਹ? ਨਹਿਰ ਦੇ ਕੋਲ ਉਹ ਗੰਦੀ ਮਿੱਟੀ ਸਿੱਟੀ ਆ ਜੀ, ਖੱਤਿਆਂ 'ਚ ਵੀ ਸਿੱਟੀ ਆ, ਉੱਥੇ ਵੀ ਸਿੱਟੀ ਆ। ਨਹੀਂ ਉਹ ਨਿੱਜੀ ਥਾਂ ਕਿਸੇ ਦਾ ਜਾਂ ਸਰਕਾਰੀ ਥਾਵਾਂ 'ਤੇ ਕੀਤੀ ਸਟੋਰ? ਨਹੀਂ ਨਹੀਂ ਸਰਕਾਰੀ ਥਾਂ ਤਾਂ ਇੱਥੇ ਕੀਤੀ ਆ, ਆਹ ਨਿੱਜੀ ਥਾਂ ਆ ਉਹ ਲੈਤੀਏ ਬਾਹਰ ਆ, ਇੱਥੇ ਸਿੱਟਣ ਨੂੰ ਥਾਂ ਹੈ ਨਹੀਂ, ਉਹਦੇ ਬਗਲ 'ਚ ਕੀਤਾ ਆ। ਜਿਹੜਾ ਵੀ ਅਸੀਂ ਚੱਕ ਲੈਣਾ ਆ ਪਸਵਾਸਲੇ ਦੀ ਪੰਚਾਇਤ ਅਤੇ ਦੰਦੂਵਾਲ ਦੀ ਪੰਚਾਇਤ, ਇਹ ਸਾਂਝਾ ਰੇਤਾ ਵਰਤਣਾ ਇਹ ਸਾਰੇ 15 ਫੁੱਟ 'ਚ ਤਾਂ 15 ਫੁੱਟ ਹੈ ਵੀ ਨਹੀਂ, ਮਿਹਨਤੀ ਤਾਂ ਕਰਕੇ ਦੇਖੋ ਤੁਸੀਂ, ਉਹ ਤਾਂ ਕਰਨਗੇ ਠੀਕ ਆ, ਪਰ ਇੱਧਰ ਦੇਖੋ ਤਾਂ ਸਹੀ ਵੀ ਕਿੱਥੇ ਹੈਗਾ ਇਹ, 50 ਫੁੱਟ ਜਾਂ 40 ਫੁੱਟ ਜਾਂ 25 ਫੁੱਟ, 8-10 ਫੁੱਟ ਪਹਿਲਾਂ ਹੀ 5 ਫੁੱਟ ਅਸੀਂ ਪੱਟਿਆ ਇਹ। ਇਹ ਛੱਪੜ ਪਾਸਲਾ ਅਤੇ ਦੰਦੂਵਾਲ ਦਾ ਸਾਂਝਾ ਜੀ? ਸਾਂਝਾ ਸਾਂਝਾ ਸਰ। ਅਤੇ ਪਾਸਲੇ ਦੀ ਸਰਪੰਚ ਵੀ ਕਰਾਉਂਦਾ ਨਾਲੇ ਕੰਮ? ਹਾਂਜੀ ਹਾਂਜੀ ਨਾਲ ਹੀ ਆ। ਦੋ ਜਣੇ ਕਰਾਉਂਦੇ? ਇਹਦਾ ਖਰਚਾ ਕੌਣ ਕਰ ਰਿਹਾ ਸਾਰਾ? ਖਰਚਾ ਅਸੀਂ ਕੋਲੋਂ ਕਰ ਰਹੇ ਹਾਂ, ਖਰਚਾ ਦੰਦੂਵਾਲ ਦੀ ਪੰਚਾਇਤ ਕਰ ਰਹੀ ਜਾਂ ਪਾਸਲੇ ਦੀ? ਪਾਸਲੇ ਦੀ ਪੰਚਾਇਤ ਨੇ ਵੀ 2 ਲੱਖ ਰੁਪਈਆ ਕੀਤਾ ਅਤੇ ਦੰਦੂਵਾਲ ਦੀ ਪੰਚਾਇਤ ਕੋਲ ਸੀਗਾ 3 ਲੱਖ, ਬਾਕੀ ਮੈਂ ਕੋਲੋਂ ਕਰਦਾ, ਕਿਸੇ ਤੋਂ ਪੈਸਾ ਨਹੀਂ ਲਿਆ।
रुपया भी इतने मैं 12 लाख को लाता आ नहीं कहते सीमेंट रेता बेचा जाता उन्होंने भी पैसे आते ही पंचायत कितने आते हैं इनू बेचा आ कौन कहता बेचा पिंड के कहें पिंड बंदा मूहरे का लिया ये तो पैसे लाए या कितने इनू बेचा कोई फैल दिखा ले उदा ही बकवास करी जाते लोग ग्राम पंचायत दंदूबाग की अज मैं शिकायत प्राप्त हुई है भी जो उ छप्पड़ की माइनिंग हो रही है अपने छप्पड़ की डूंगाई ज़्यादा उन्होंने कर ली है तो असी उन्होंने अज शिकायत जी प्राप्त हुई है असी मैं मौका देख मौके पर जा रहा मौका देख के वह काम तुरंत बंद करवाया जाऊगा अगर जे कोई नजायज मतलब कसूरवार बंदू रुपया इस तरह असं अपने दफ्तर वो जिन्हें भी नामजद हो असं उन्होंने दफ्तर बुला के उन्होंने तो मतलब प्रोसैस करा अगर जे जे किसी ने रीति की किसी गलत माइनिंग की खिलाफ कार्रवाई कर